मेरे साहिबा कौन जाने पुण तेरे साहिबा जाने पुण तेरे कहीं न जानी आपण मेरे कहीं न जानी आपण मेरे मेरे साहेबा कौन जाने मेरे साहेबा कौन जाने कौन तेरे मेरे साहेबा परम सत्कार्यो सतगुरां दी सज्जी नवाजी गुरु का खास रूप गुरु खालसा साहिब सिंह जी संध्या दे दीवान विच हाजरा हजूर जहरा जहूर सर्व कला भरपूर बाणी के बहित गुरुआ दा गुरु धन 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 गुरु ग्रंथ साहिब महाराज की पावन पवित्र हजूरी विच पहुंच के रहरा साहब दे पाठ सरवण किते हन। सतगुरु महाराज इन्ने दयालु कृपालु मेहरबान ने कि सतगुरु वर्गा दयावान सतगुरु वर्गा दयालु दुनिया ते नहीं हो सकता। कोई देवी देवता कोई पैगंबर कोई औलिया गुरु दे बराबर दयालु नहीं हो सकता। एडे दयावान ने सच्चे पातशाह नाले साडियां लोड़ां पूरियां करदे ने नाले साडा भला करदे साडियां लोड़ां भी पूरियां हो जाण ते साडा भला भी हो जाए। सच्चे पातशाह ने बाणियां दे नाम ही उह रख दित्ते जिहड़ियां साडियां जीवन दीआं लोड़ां भी ने ते साडा भला भी करदे। वैसे तो कोई भी आपां पंज प्यारिआं दे नाम पढ़ीए चार साहिबजादिआं दे नाम पढ़ीए पंज बाणियां दे नाम पढ़ीए तां इक खालसे दे गुण ने उहदे विच उपदेश है। जे पंज प्यारिआं दे नाम पढ़दिआं महाराज कहिंदे पहला खालसे च दया हुंदी है धर्म तां हुंदा जे दया होवे। साडे नूं कपड़े धर्मियां वाले पाए ने ते दया किसे दी कीती नहीं कदे दूजिआं दे खून जोड़ जोड़ के पींदा लिबास धर्मियां वाला बनाया उहने। ते सतगुरु महाराज कहिंदे जे मां ही नहीं है ते पुत्र कित्थों आ जाएगा जी धौल धर्म दया का पूत है धर्म दया का पुत्र है पहला दया है। जिसके मन में दया नहीं सो पीर पराई किया जाने महाराज कहते जब दया आएगी फिर धर्म आएगा तेरे अंदर।
ਜਦੋਂ ਧਰਮ ਆ ਗਿਆ ਫਿਰ ਹਿੰਮਤ ਆ ਜਾਏ ਕਿਤੇ ਰਹਿੰਦੇ ਨੇ। ਧਰਮੀ ਬੰਦੇ ਹਿੰਮਤੀ ਹੁੰਦੇ ਆ ਸਾਧ ਸੰਗਤ ਚ, ਆਲਸੀ ਬੰਦੇ ਧਰਮ ਨਹੀਂ ਕਮਾ ਸਕਦੇ, ਦਲਿੱਦਰੀ ਬੰਦੇ ਧਰਮ ਦੀ ਕਮਾਈ ਨਹੀਂ ਕਰ ਸਕਦੇ। ਕੱਪੜੇ ਪਾ ਲੈਣੇ ਲਹਿਦਾ ਗੱਲ ਆ, ਪਰ ਧਰਮੀ ਬਣਨਾ ਲਹਿਦਾ ਗੱਲ ਆ ਸਾਧ ਸੰਗਤ ਚ। ਜੇ ਦਇਆ ਤਾਂ ਫਿਰ ਧਰਮ ਆਏਗਾ, ਜੇ ਧਰਮ ਆ ਗਿਆ ਫਿਰ ਹਿੰਮਤ ਆਏਗਾ। ਜੇ ਹਿੰਮਤ ਆ ਗਈ ਤੇਰੇ ਅੰਦਰ, ਜੇ ਕਮਾਈ ਕਰਨ ਲੱਗ ਗਿਆ ਤਾਂ ਫਿਰ ਤੇਰੇ ਅੰਦਰ ਬਾਲ ਆਏਗਾ। ਮੁਹਕਮ ਫੌਜ ਅਠਲੀ ਰਹੀ, ਤੇਰੇ ਅੰਦਰ ਆਤਮਕ ਬਾਲ ਆ ਜਾਏਗਾ। ਅਤੇ ਜਦੋਂ ਤੇਰੇ ਅੰਦਰ ਚਾਰ ਗੁਣ ਆ ਗਏ, ਦਇਆ, ਧਰਮ, ਹਿੰਮਤ ਅਤੇ ਆਤਮਕ ਬਲ, ਫਿਰ ਸਹਿਬ ਪਰਿਪੂਰਨ ਹੋ ਜਾਣਾ, ਹਾਜ਼ਰ ਨਾਜ਼ਰ ਹੋ ਜਾਣਾ। ਕਿਸੇ ਪੱਖ ਤੋਂ ਬਚਾ ਲਓ ਭਾਵੇਂ। ਭੰਗਾਣੀ ਦਾ ਪਹਿਲਾ ਯੁੱਧ ਮਹਾਰਾਜ ਨੇ 17 ਸਾਲ ਦੀ ਉਮਰ 'ਚ ਕੀਤਾ, ਕਲਗੀਧਰ ਪਾਤਸ਼ਾਹ ਮਹਾਰਾਜ। ਅਤੇ ਸਾਹਿਬਜ਼ਾਦੇ ਦਾ ਜਨਮ ਹੁੰਦਾ ਬਾਬਾ ਅਜੀਤ ਸਿੰਘ ਦਾ, ਉੱਧਰ ਭੰਗਾਣੀ ਦਾ ਯੁੱਧ ਫਤਿਹ ਹੁੰਦਾ। ਖਾਲਸਾ ਆ ਕੇ ਵਧਾਈਆਂ ਦਿੰਦਾ, ਮਹਾਰਾਜ ਤੁਹਾਡੀ ਕਿਰਪਾ ਨਾਲ ਜੰਗ ਯੁੱਧ ਜਿੱਤ ਲਏ ਅਤੇ ਸਾਹਿਬਜ਼ਾਦੇ ਨੇ ਜਨਮ ਲਿਆ। ਮਹਾਰਾਜ ਕਹਿੰਦੇ ਜੀਤ ਅਕਾਲ ਪੁਰਖ ਦੀ ਕਿਰਪਾ ਨਾਲ ਹੋਈ ਹੈ, ਪਈ ਜੀਤ ਮੇਰੀ ਕਿਰਪਾ ਕਾਲ ਕੇਰੀ। ਇਹ ਸਾਹਿਬਜ਼ਾਦੇ ਦਾ ਨਾਮ ਫਿਰ ਅਜੀਤ ਨਾਮ ਹੈ, ਅਜੀਤ ਮੇਰਾ ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਤਾਂ ਜੀਤਾ ਨਹੀਂ ਆਊਂਗਾ, ਮੇਰਾ ਖਾਲਸਾ ਜੀਤ ਹੈ, ਜਿੱਤ ਨਹੀਂ ਸਕੇਗਾ ਦੁਨੀਆ ਦੀ ਕੋਈ ਤਾਕਤ। ਜਿਹੜੇ ਮਨਸੂਬੇ ਜੇ ਘੱਟਦੇ ਰਹਿੰਦੇ ਉਹਨਾਂ ਦਾ ਆਪਣਾ ਹੀ ਟਾਈਮ ਨੇੜੇ ਆਇਆ ਹੁੰਦਾ ਬਸ, ਕਿਉਂਕਿ ਜਿਹੜਾ ਕਿਹਦਾ ਬੁਰਾ ਹੀ ਨਹੀਂ ਮੰਗਦਾ ਜਦੋਂ ਅਰਦਾਸ ਕਰਦਾ ਤੇਰੇ ਭਾਣੇ ਸਰਬੱਤ ਦਾ ਪਤਾ, ਅਤੇ ਜਦੋਂ ਉਹਦੇ ਬਾਰੇ ਸੋਚੇ ਸਮਝਿਆ ਜੇ ਫਿਰ ਉਹਦਾ ਟਾਈਮ ਨੇੜੇ ਆਪਣਾ ਹੀ ਆ ਗਿਆ। ਕਿਸੇ ਦਾ ਬੁਰਾ ਹੀ ਨਹੀਂ ਮੰਗਣਾ ਕਦੇ। ਅਤੇ ਸਤਸੰਗ ਜੀ, ਜਿੱਤਿਆ ਨਹੀਂ ਜਾਏਗਾ ਮੇਰਾ ਖਾਲਸਾ ਕਿਸੇ, ਅਤੇ ਮੇਰਾ ਖਾਲਸਾ ਜੁਝਾਰੂ ਹੋਏਗਾ, ਡਰਪੋਕ ਨਹੀਂ ਹੋਏਗਾ। ਜਦ ਜ਼ੁਲਮਤ ਚੱਕੇਗਾ ਫਿਰ ਜੂਝਦਾ ਹੈ, ਜੁਝਾਰੂ ਹੈ ਮੇਰਾ ਖਾਲਸਾ, ਮੇਰਾ ਖਾਲਸਾ ਜ਼ੋਰਾਵਰ ਹੈ, ਤਾਕਤ ਹੈ। ਜਦੋਂ ਆਪਣੇ ਨਿਹੰਗ ਸਿੰਘ ਫੌਜਾਂ ਇੱਕ ਦੂਜੇ ਨੇ ਮਿਲਦੇ, ਪਾਤਸ਼ਾਹ ਕਹਿ ਕੇ ਬੁਲਾਉਂਦੇ, ਪਾਤਸ਼ਾਹ ਉਹ ਚੜ੍ਹਦੀ ਕਲਾ, ਆ ਜਿਹੜਾ ਦਮਾਲਾ ਸਜਾਉਣਾ ਜੇ ਫਰਲਾ ਛੱਡਣਾ, ਇਹ ਪਾਤਸ਼ਾਹੀ ਦੀ ਨਿਸ਼ਾਨੀ ਹੈ। ਪਾਤਸ਼ਾਹ ਕਹਿ ਕੇ ਬੁਲਾਉਂਦੇ ਫੌਜਾਂ ਇੱਕ ਦੂਜੇ ਨੂੰ, ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਹੀਂ ਭਾਈ ਕਤਾਹੀ, ਇਨਹੀ ਕੋ ਸਰਦਾਰ ਬਣਾਉਂ ਤਬ ਗੋਬਿੰਦ ਸਿੰਘ ਨਾਮ ਕਹਾਉਂ। ਸਰਦਾਰ ਦੇ ਅਰਥ ਨੇ ਮਾਲਕ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਅਤੇ ਬਾਦਸ਼ਾਹ ਦੇ ਸਿਰ 'ਤੇ ਕਲਗੀ ਹੁੰਦੀ ਸੀ, ਕਲਗੀ ਕਾਹਦੇ 'ਚ ਲੱਗਦੀ ਸੀ, ਮੱਥੇ 'ਚ ਥੋੜ੍ਹਾ ਸੂਈ ਘੁੰਮਾਉਂਦੇ ਸੀ, ਦਸਤਾਰ 'ਚ ਲੱਗਦੀ ਸੀ ਨਾ, ਇਹ 5 ਮੀਟਰ ਕੱਪੜਾ ਨਹੀਂ ਹੈ, ਇਹ ਬਾਦਸ਼ਾਹੀ ਦਾ ਤਾਜ ਹੈ ਜਿਹੜਾ ਆਪਾਂ ਨੂੰ ਬਖਸ਼ਿਆ ਹੋਇਆ ਮਹਾਰਾਜ। ਮਜ਼ਦੂਰੀ ਕਰਨ ਵਾਲਾ ਵੀ ਸਰਦਾਰ ਜੀ ਹੈ, ਇਸ ਕਰਕੇ ਮਹਾਰਾਜ ਕਹਿੰਦੇ ਪਾਤਸ਼ਾਹੀ ਦਿੱਤੀ ਹੈ ਤੁਹਾਨੂੰ, ਮੇਰਾ ਖਾਲਸਾ ਤਰਬੋਗਨੀ ਜਾਰੂ ਹੈ ਅਤੇ ਜ਼ੋਰਾਵਰ ਹੈ, ਹਰ ਮੈਦਾਨ ਫਤਿਹ, ਜਿਹਦੇ 'ਚ ਗੱਲਾਂ ਨੇ ਸਾਰੀਆਂ ਤੋਂ ਫਿਰ ਫਤਿਹ ਹੀ ਪਾਏਗਾ ਨਾ ਹਰ। ਗੁਰੂ ਨਾਨਕ ਕੀ ਬਾਤ ਮੈਂ ਬਾਤ, ਬਾਤ ਮੈਂ ਬਾਤ, ਜਿਉਂ ਕੇਲੇ ਕੇ ਬਾਤ ਮੈਂ ਪਾਤ, ਪਾਤ ਮੈਂ ਪਾਤ। ਜੇ ਗੁਰੂ ਘਰਾਂ ਦੇ ਨਾਮ ਪੜ੍ਹੀਏ ਅਨੰਦਪੁਰ ਸਾਹਿਬ, ਪਤਾ ਨਹੀਂ ਕਿਸੇ ਨੂੰ ਆਨੰਦ ਆਇਆ ਕਦੇ ਕਿ ਨਹੀਂ ਆਇਆ, ਸਾਡਾ ਤਾਂ ਅਨੰਦਪੁਰ ਸਾਹਿਬ ਮਾਤ ਲੋਕ ਦੀ ਸੱਜੇ ਦਾ ਮਾਰ, ਸਦਾ ਹੀ ਆਨੰਦ ਵਰਤਦਾ ਉੱਥੇ। ਅਤੇ ਅੰਮ੍ਰਿਤਸਰ ਦੇਖੋ ਕਿੱਡੀਆਂ ਮੂਲਕ ਗੱਲਾਂ ਨੇ, ਸਾਡੇ ਵਾਸਤੇ ਤਾਂ ਸੁਭਾਵਿਕ ਹੀ ਨਹੀਂ ਨਾ, ਅਮੀਰਾਂ ਦੇ ਘਰਾਂ 'ਚ ਤਾਂ ਮਹਿੰਗੀਆਂ ਚੀਜ਼ਾਂ ਰੁਲਦੀਆਂ ਫਿਰਦੀਆਂ ਹੁੰਦੀਆਂ, ਗੁਰੂ ਨਾਨਕ ਦਾ ਘਰ ਐਡਾ ਅਮੀਰ ਹੈ, ਇੱਥੇ ਸਦਾ ਹੀ ਅੰਮ੍ਰਿਤਸਰ ਸਿਫਤੀ ਦਾ ਘਰ, ਹਰ ਵੇਲੇ ਮੁਕਤਸਰ
पता नहीं मर के मुक्ति कदे किसी नूं मिली है किसी नूं नहीं मिली। ते मरने मात लोक ते मुक्त सर साहिब सचखंड साहिब जिहड़ा जांदा कहिंदा मेरा आउण नूं जी नहीं सी करदा उत्थे सचखंड विचों आउण नूं किहदा जी करदा हुंदा सास किड्डियां मूर्ख गल्लां ने। हुण साडे जीवन च उतरा चढ़ाव बनिया रहिंदा घाटा कदे वाधा कदे खुशी कदे गमी कदे दुख कदे सुख। महाराज कहिंदे जदों तू रोज रहिरा सब दा पाठ करिया करेगा सुनिया करेगा तां तेरे जीवन विच रहे रास टिकाव बनिया रहे तेरे जीवन च रास रहेगा रहे रास ਘਾਟੇ ਵਾਧੇ ਆਉਣਗੇ ਪਰ ਤੇਰੇ ਜੀਵਨ 'ਚ ਰਾਸ ਰਹੇਗੀ ਟਿਕਾ ਰਹੇਗਾ ਤੇਰੇ ਜੀਵਨ ਜੇ ਤੇਰੇ ਮਨ 'ਚ ਆਸਾਂ ਬਣੀਆਂ ਰਹਿੰਦੀਆਂ ਨੇ ਤਾਂ ਫਿਰ ਆਸਾ ਜੀ ਦੀ ਵਾਰ ਪੜਿਆ ਕਰ ਤੇਰੀਆਂ ਆਸਾਂ ਪੂਰੀਆਂ ਹੋ ਜਾਣ। ਜੇ ਤੂੰ ਸੁਖੀ ਮੰਗਦਾ ਹਰ ਵੇਲੇ ਤਾਂ ਫਿਰ ਬਾਣੀ ਦਾ ਨਾਮ ਹੀ ਮਹਾਰਾਜ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਕਿੱਡਾ ਕੁ ਧਿਆਲੂ ਹੈ ਸੱਚੇ ਪਾਤਸ਼ਾਹ ਮਹਾਰਾਜ ਕਿ ਹਰ ਪੱਖ ਤੋਂ ਸਾਨੂੰ ਬਖਸ਼ਿਸ਼ ਹੀ ਕੀਤੀ ਹੈ ਮਹਾਰਾਜ ਨੇ। ਤਾਂ ਹੀ ਭਾਈ ਗੁਰਦਾਸ ਜੀ ਨੇ ਆਖਿਆ ਕਿ ਤੇ ਐਵੇਂ ਨਾ ਧੱਕੇ ਖਾਂਦਾ ਫਿਰੀ ਗੁਰੂ ਵਰਗਾ ਦਿਆਲੂ ਨਹੀਂ ਮਿਲਣਾ ਤੁਹਾਨੂੰ ਕਦੇ। ਕਈ ਉਦਾਹਰਨਾਂ ਦਿੱਤੀਆਂ ਨੇ ਭਾਈ ਸਾਹਿਬ ਨੇ। ਭਾਈ ਸਾਹਿਬ ਕਹਿੰਦੇ ਜੇ ਕੋਈ ਆਖੇ ਮੈਂ ਇਮਲੀ ਖਾ ਕੇ ਅੰਬ ਦਾ ਸਵਾਦ ਚੱਖਣਾ ਤੇ ਨਹੀਂ ਆਉਣਾ ਐਵੇਂ ਦੰਦ ਖੱਟੇ ਕਰਾ ਲੈਣਾ। ਆਂਬ ਕੀ ਸਦਰਕਤ ਮਿੱਟ ਤਾਂਬਲੀ ਖਾਏ ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈਏ। ਕੋਈ ਗੁਆਂਢੀ ਕਿਸੇ ਨੂੰ ਪਿਤਾ ਵਰਗਾ ਪਿਆਰ ਨਹੀਂ ਕਰ ਸਕਦਾ। ਵਿਗਾੜ ਤਾਂ ਸਕਦਾ ਪੰਜ ਸੱਤ ਦਿਨ ਦਸ ਰੁਪਈਏ ਰੋਜ਼ ਦੇ ਦਿਓ ਵੀ ਆਖੇ ਨਾ ਲੱਗਿਆ ਕਰ ਆਪਣੇ ਪਿਓ ਦੇ, ਪਰ ਇੱਕ ਪਿਤਾ ਹੀ ਹੈ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਆਪਣੇ ਪੁੱਤਰ ਦੇ ਨਵਾ ਲਵਾ ਗੁਆਂਢੀ ਨਹੀਂ ਲਵਾ ਸਕਦਾ ਕਦੇ। ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈਏ। ਅਤੇ ਦੂਜਾ ਪ੍ਰਮਾਣ ਭਾਈ ਸਾਹਿਬ ਕਹਿੰਦੇ ਨੇ ਛੱਪੜ ਬਰਾਬਰੀ ਕੀ ਕਰੇਗਾ ਸਮੁੰਦਰ ਦੀ, ਛੱਪੜ ਚੋਂ ਕੀ ਲੱਭਣਾ, ਚਿੱਕੜ ਲੱਭ ਜਾਏਗਾ, ਜਾਲਾ ਲੱਭ ਜਾਏਗਾ, ਡੱਡੀਆਂ ਮੱਛੀਆਂ ਲੱਭ ਜਾਣਗੀਆਂ, ਹੀਰੇ ਥੋੜ੍ਹੇ ਛੱਪੜਾਂ 'ਚੋਂ ਲੱਭ ਜਾਂਦੇ, ਉਹ ਤਾਂ ਮਾਨਸ ਰੋਵਰ ਸਮੁੰਦਰ 'ਚੋਂ ਲੱਭਣ। ਸਾਗਰ ਕਿ ਨਿੱਤ ਕੱਤ ਪਾਈ ਹੈ ਪੋਖਰ ਸਾਹਿਬ, ਦਿਨ ਕਰ ਸਾਰ ਜੋਤ ਦੀਪ ਨਾ ਜੁਗਾਈ। ਸਤਸੰਗ ਜੀ ਕੋ ਦੀਵਾ ਆਖੇ ਮੈਂ ਸੂਰਜ ਦੀ ਬਰਾਬਰੀ ਕਰਨੀ ਤਾਂ ਕਿੱਡੀ ਕੁ ਸਿਆਣਪ ਆਉਂਦੀ, ਮੂਰਖਤਾ ਹੀ ਹੋਈ ਨਾ। ਜਦ ਸੂਰਜ ਚੜਿਆ ਹੁੰਦਾ ਜਿੰਨੀਆਂ ਮਰਜ਼ੀ ਤੇਜ਼ ਲਾਈਟਾਂ ਜਗਾ ਲਓ, ਕਹਿੰਦੇ ਨੇ ਆਹ ਦੇਖੋ ਕਿਸੇ ਨੇ ਬੇਸਮਝੀ ਐਵੇਂ ਲਾਈਟ ਜਗਾ ਛੱਡਿਆ, ਨਹੀਂ ਅਸਰ ਹੀ ਹੁੰਦਾ। ਪਰ ਅੱਜ ਜਿਹਨਾਂ ਨੂੰ ਦੀਵੇ ਕਿ ਜਿੰਨੀ ਮੱਤ ਦਿੱਤੀ ਹੈ ਨਾ, ਉਹ ਪਰਮੇਸ਼ਰ ਲੱਖਾਂ ਕਰੋੜਾਂ ਸੂਰਜ ਦੀ ਬਰਾਬਰੀ ਨਹੀਂ ਕਰ ਸਕਦੇ, ਗੁਰੂ ਦੀ ਬਰਾਬਰੀ। ਉਹ ਦੀਵੇ ਕਮੱਤ ਜਿੰਨੀ ਵਾਲੇ ਹੁਣ ਚੈਲੰਜ ਕਰਦੇ ਫਿਰਦੇ ਆ ਗੁਰੂ, ਪਰਮੇਸ਼ਰ 'ਤੇ ਸਵਾਲ ਕਰਦੇ ਆ। ਦੀਵਾ ਹੈ ਨਾ ਨਿੱਕਾ ਜਿਹਾ ਛੋਟੀ ਜਿਹੀ ਮੱਤ ਹੈ। ਸਾਗਰ ਇੱਕ ਨਿੱਧ ਕੱਤ ਪਾਈ ਹੈ ਪੋਖਰ ਸਹਿ, ਦਿਨ ਕਰ ਸਰ ਜੋਤ ਦੀਪ ਨਾ ਜੁਗਾਏ। ਇੰਦਰ ਬਿਰਖਾ ਸਮਾਨ ਕੁਝ ਸਕੂਪ ਜਲ, ਹੁਣ ਮੀਂਹ ਦੇ ਬਰਾਬਰ ਖੂਹ ਦੇ ਪਾਣੀ ਨੇ ਕੀ ਕਰਨੀ ਹੈ। ਆ ਬਜ਼ੁਰਗ ਬੈਠੇ ਨੇ ਜਿਹਨਾਂ ਨੇ ਖੂਹ ਚਲਾਇਆ, ਕਿੰਨਾ ਕੁ ਭਰਦੇ, ਵੀਘਾ ਡੇਢ ਵੀਘਾ ਨਹੀਂ ਤਾਂ ਦੋ ਵੀਘੇ ਵੱਧ ਤੋਂ ਵੱਧ, ਸਾਰਾ ਦਿਨ ਬਲਦਾਂ ਦੀਆਂ ਖੁੱਚਾਂ ਰਹਿ ਜਾਂਦੀਆਂ, ਮਗਰੋਂ ਆਪਣੇ ਹੱਕਣ ਵਾਲੇ ਦੇ ਰਹਿ ਜਾਂਦੇ। ਕਿੰਨਾ ਕੁ ਭਰ ਗਿਆ, ਭਰਨਾ ਵੀਘਾ ਡੇਢ ਵੀਘਾ ਭਰ ਗਿਆ, ਖੂਹ ਨੇ ਕਿੰਨਾ ਕੁ ਭਰਨਾ। ਪਰ ਆ ਹੁਣ ਪਤਾ ਹੀ ਮਿੰਟਾਂ ਸਕਿੰਟਾਂ ਦੀ ਜਲ ਥਲ ਕਰ ਦੇਣਾ। ਇਹ ਸੰਗਤ ਦਾ ਪ੍ਰੇਮ ਹੈ, ਮੀਂਹ ਪਵੇ ਭਾਵੇਂ ਬਰਫ ਪਵੇ ਭਾਵੇਂ ਚੱਕੜ ਝੋਲੇ ਚੱਲਦੇ ਹੋਣ, ਜਿਹਨਾਂ ਦਾ ਗੁਰੂ ਨਾਲ ਪਿਆਰ ਹੈ ਉਹ ਦਰਿਆਵਾਂ 'ਚੋਂ ਲੰਘ ਕੇ ਵੀ ਆ ਜਾਂਦੇ। ਚੱਕੜ ਚਾਂਗੀ ਮੀਂਹੋ ਵਰਸੈ, ਗੁਰਸਿੱਖ ਭੀ ਗੁਰ ਦੇਖਣ ਜਾਏ। ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਜੇ ਉਹ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰਬਿਨ ਮਰ ਜਾਏ। ਜਿੱਥੇ ਪ੍ਰੇਮ ਹੈ ਉੱਥੇ ਮੁਸ਼ਕਲ ਨਹੀਂ ਹੁੰਦੀ, ਜਿੱਥੇ ਮੁਸ਼ਕਲ ਹੈ ਉੱਥੇ ਪ੍ਰੇਮ ਨਹੀਂ ਹੁੰਦਾ ਸਾਧਸੰਗ। ਅਤੇ ਮੀਂਹ ਤਾਂ ਫਿਰ ਮਿੰਟਾਂ ਸਕਿੰਟਾਂ ਸੀ ਜਲ ਤਲ ਪੂਰਨ ਕਰ ਦਿੰਦਾ।
ਇੰਦਰ ਬਿਰਖਾ ਸਮਾਨਾ ਪੁਜ ਸਕੂਪ ਜਲ ਚੰਦਨ ਸੁਵਾਸਨਾ ਫਲਾਸ ਮਹਿਕਾਈ ਹੈ। ਹੁਣ ਚੰਦਨ ਦੀ ਬਰਾਬਰੀ ਟੱਕਾਂ ਦੇ ਫੁੱਲਾਂ ਨੇ ਕੀ ਕਰਨੀ ਹੈ। ਸੋਹਣੇ ਤਾਂ ਬੜੇ ਹੁੰਦੇ ਨੇ, ਪਿੰਕ ਜੇ ਗੁਲਾਬੀ ਜੇ ਫੁੱਲ ਹੁੰਦੇ ਆ, ਪਰ ਢੱਕ ਦੇ ਫੁੱਲਾਂ ਦਾ ਕਦੇ ਹਾਰ ਪਰੋ ਕੇ ਗੁਮਰ ਦੀ ਜੂਰੀ 'ਚ ਨਹੀਂ ਲਿਆਇਆ। ਹੋਇਆ ਨਾ ਵਰਗਾ ਹੀ ਹੋਇਆ ਵਰਗਾ ਹੀ ਹੁੰਦਾ ਹੈ। ਕਦੇ ਕਿਸੇ ਨੇ ਦਰਵਾਜ਼ੇ ਨਹੀਂ ਬਣਾਏ ਢੱਕ ਦੀ ਲੱਕੜ ਦੇ, ਸ਼ਤੀਰ ਨਹੀਂ ਪਾਏ ਕਦੇ, ਬਸ ਇੱਕੋ ਹੀ ਕੰਮ ਆਉਂਦੀ ਹੈ ਚੁੱਲ੍ਹੇ 'ਚ ਬਾਲਣ ਦੀ ਥਾਂ 'ਤੇ। ਤਾਂ ਹੀ ਭਗਤ ਕਬੀਰ ਜੀ ਨੇ ਬਾਣੀ ਚੱਕਿਆ ਵੀ ਜਿਹੜੀ ਕੁੱਲ ਵਿੱਚ ਕੋਈ ਬੰਦਗੀ ਕਰਨ ਵਾਲਾ ਨਹੀਂ ਪੈਦਾ ਹੋਇਆ, ਸਿਮਰਨ ਭਜਨ ਕਰਨ ਵਾਲਾ ਪੈਦਾ ਨਹੀਂ ਹੋਇਆ, ਉਹ ਕੁੱਲ ਇਸ ਤਰ੍ਹਾਂ ਹੈ ਜਿਵੇਂ ਢੱਕ ਪਲਾਹ ਹੁੰਦੇ। ਕਬੀਰ ਸੋਈ ਕੁੱਲ ਭਲੀ ਜੈ ਕੁੱਲ ਹਰ ਕੋ ਦਾਸ, ਜੈ ਕੁੱਲ ਦਾਸ ਨਾ ਉਪਜੈ ਸੋ ਕੁੱਲ ਢਾਕ ਪਲਾਸ। ਕੋਈ ਵੀ ਕਿਸੇ ਕੰਮ ਨਹੀਂ ਹੈ। ਭਾਈ ਸਾਹਿਬ ਕਹਿੰਦੇ ਨੇ ਢੱਕਾਂ ਨੇ ਕੀ ਬਰਾਬਰੀ ਕਰਨੀ ਹੈ ਚੰਦਨ ਦੀ, ਇੱਕ ਚੰਦਨ ਦਾ ਬੂਟਾ ਸਾਰੇ ਜੱਗਾਂ ਨੂੰ ਚੰਦਨ ਬਣਾ ਦਿੰਦਾ, ਹੁੰਦਾ ਤਾਂ ਛੋਟਾ ਜਿਹਾ ਹੀ ਹੈ, ਬਹੁਤ ਵੱਡਾ ਰੁੱਖ ਨਹੀਂ ਹੁੰਦਾ। 52 ਚੰਦਨ 52 ਇੰਚ ਦੇ ਹੁੰਦਾ ਸਾਰਾ ਬਸ, ਪਰ ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਗੁਣ ਇਹ ਹੈ ਵੀ ਸਾਰਾ ਜੰਗਲ 'ਚ ਚੰਦਨ ਦੀ ਮਹਿ ਕੌਣ ਲੱਗਣੀ। ਚੰਦਨ ਕਾ ਬਿਰਵਾ ਭਲਾ ਬੇੜਿਓ ਕਾ ਪਲਾਸ, ਹੋਏ ਭੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਸ੍ਰੀ ਗੁਰੂ ਦਿਆਲ ਸੀ ਦਇਆ ਨਾ ਆਨ ਦੇਵ ਮਹਿ, ਗੁਰੂ ਵਰਗੀ ਦਇਆ ਕਿਸੇ ਦੇਵੀ ਦੇਵਤੇ ਕਿਸੇ ਪੀਰ ਫਕੀਰ 'ਚ ਨਹੀਂ ਹੋ ਸਕਦੀ। ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲਓ ਧਾਈ ਹੈ, ਜਿੱਥੋਂ ਸੂਰਜ ਚੜ੍ਹਦਾ ਜਿੱਥੇ ਛਿਪਦਾ ਫਿਰ ਲਓ, ਗੁਰੂ ਵਰਗਾ ਦਿਆਲੂ ਨਹੀਂ ਹੋਵੇ। ਅਤੇ ਸੱਚੇ ਪਾਤਸ਼ਾਹ ਨੇ ਰਹਿਮ ਕੀਤਾ ਸਾਡੇ 'ਤੇ, ਸੰਗਤਾਂ ਨੇ ਰਹਿ ਰਹਿ ਸਾਹਿਬ ਦਾ ਪਾਠ ਸਰਵਣ ਕੀਤਾ, ਉਪਰੰਤ ਗੁਰਮੁਖ ਪਿਆਰਿਆਂ ਤੋਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਤੋਂ ਗੁਰਬਾਣੀ ਦਾ ਅਲਾਹੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਕੁਛ ਸਮਾਂ। ਧੰਨਵਾਦ ਹੈ ਗੁਰਮੁਖਾਂ ਦਾ, ਪ੍ਰਬੰਧਕਾਂ ਦਾ, ਸਾਨੂੰ ਸੰਗਤ ਦੇ ਦਰਸ਼ਨ ਕਰਨ ਦਾ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਆ। ਜਿਹੜਾ ਸਮਾਂ ਬਾਕੀ ਰਹਿ ਗਿਆ ਉਹਨੂੰ ਆਪਾਂ ਸਫਲਾ ਕਰੀਏ, ਲੇਖੇ ਵਿੱਚ ਲਾਈਏ। ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਸਜੀ ਬੈਠੀ ਹੈ, ਸਾਰੇ ਹੀ ਆਪਣੀ ਰਸਨਾ ਪਵਿੱਤਰ ਕਰੋ, ਕਿਉਂਕਿ ਹਰ ਗੁਰਮੁਖ ਕਹਿੰਦਾ ਹੈ ਰਸਨਾ ਪਵਿੱਤਰ ਕਰੋ। ਜਦੋਂ ਆਪਾਂ ਫਤਿਹ ਬੁਲਾਉਂਦੇ ਹਾਂ, ਦੋ ਵਾਰੀ ਵਾਹਿਗੁਰੂ ਗੁਰਮੰਤਰ ਦਾ ਜਾਪ ਹੁੰਦਾ ਹੈ, ਫਤਿਹ ਗਜਾਉਣੀ, ਫਤਿਹ ਦਾ ਜਾਪ, ਜਾਪ ਕਰਨਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਹਰ ਇੱਕ ਪਾਸੇ ਸਵਾਰ ਹੈ ਨਾ, ਸਾਨੂੰ ਸਾਜਿਆ ਸਵਾਰ ਹੈ। ਅਤੇ ਜਦੋਂ ਗੁਰਸਿੱਖ ਮਿਲਦਾ ਇੱਕ ਦੂਜੇ ਨੂੰ, ਫਿਰ ਦੋ ਵਾਰੀ ਵਾਹਿਗੁਰੂ ਦਾ ਜਾਪ ਹੁੰਦਾ, ਕਿੱਡੀ ਚੜ੍ਹਦੀ ਕਲਾ ਦੀ ਗੱਲ ਹੈ। ਤੋ ਕਹਿੰਦਾ ਬੇਨਤੀ ਹੈ ਕਿ ਖਾਲਸਾ ਵੀ ਵਾਹਿਗੁਰੂ ਦਾ ਹੈ ਜੀ, ਅਤੇ ਫਤਿਹ ਵੀ ਵਾਹਿਗੁਰੂ ਜੀ ਦੀ ਹੈ, ਅਸੀਂ ਤਾਂ ਗੁਰੂ ਦਾ ਖਾਲਸਾ ਹੀ। ਹਰ ਗੱਲ ਦੇ ਵਿੱਚ ਚੜ੍ਹਦੀ ਕਲਾ ਹੀ ਹੈ ਮਹਾਰਾਜ। ਆਪਾਂ ਨੂੰ ਪਤਾ ਨਹੀਂ ਕੀ ਫਿਰ ਪੁੱਠੀ ਜੀ ਪਈ ਹੈ, ਫਿਰ ਫੂਕਾ ਧਾਕੇ ਤਵੀਤਾਂ ਮੰਤਰਾਂ ਜੰਤਰਾਂ ਕੋਲ ਫਿਰ ਧੱਕੇ ਖਾਂਦੇ ਫਿਰੀ ਹੈ। ਜਿਹਦੇ ਘਰ ਵਿੱਚ ਹਰ ਗੁਣ ਗੱਲ ਗੁਣਾਂ ਦੀ ਹੈ, ਹਰ ਗੁਣ ਵਿਚਾਰ ਦੀ ਹੈ, ਅਤੇ ਫਿਰ ਸਾਧਸੰਗ ਜੀ ਛੱਡ ਕੇ ਸਮੁੰਦਰ ਛੱਪੜੀਆਂ 'ਚ ਚਿੱਕੜ ਮਿਧਣ ਦੀ ਜਿਹਨਾਂ ਦੀ ਆਦਤ ਪੈ ਜਾਂਦਾ, ਉਹ ਸਮੁੰਦਰ 'ਤੇ ਘੱਟ ਹੀ ਜਾਂਦੇ ਆ। ਜਿਹੜੇ ਬਗਲਿਆਂ ਨਾਲ ਯਾਰੀ ਪਾ ਰਹੇ ਨੇ, ਉਹ ਹੰਸਾਂ ਦੀਆਂ ਡਾਰਾਂ 'ਚ ਨਹੀਂ ਰਲਦੇ ਹੁੰਦੇ ਕਦੇ। ਸੋ ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ ਜੀ, ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਜੀ, ਕੱਲ ਆਪਾਂ ਇਹ ਵਿਚਾਰ ਸ਼ੁਰੂ ਕੀਤੀ ਸੀ ਕਿ ਸਾਡਾ ਜੀਵਨ ਜਿਹੜਾ ਆਸਾ ਨਾਲ ਭਰਿਆ ਹੋਇਆ, ਇੱਕ ਆਸਾ ਪੂਰੀ ਹੁੰਦੀ, ਦੂਜੀ ਆਸਾ ਮਗਰ ਖੜੀ ਹੁੰਦੀ, ਦੂਜੀ ਪੂਰੀ ਨਹੀਂ ਹੁੰਦੀ ਜੇ ਤੀਜੀ ਮਗਰ ਖੜ ਜਾਂਦੀ ਹੈ, ਆਸਾ ਦੇ ਮਗਰ ਆਸਾ ਖੜੀ ਰਹਿੰਦੀ ਹੈ। ਜਾਂ ਤਾਂ ਆਸਾ ਸਾਰੀਆਂ ਪੂਰੀਆਂ ਹੋ ਜਾਣ ਤਾਂ ਸੁਖੀ ਹੋ ਸਕਦਾ, ਜਾਂ ਕੋਈ ਵੀ ਆਸਾ ਮਨ ਵਿੱਚ ਨਾ ਹੋਵੇ ਤਾਂ ਸੁਖੀ ਹੋ ਸਕਦਾ। ਆਸਾ ਪੂਰੀਆਂ ਵੀ ਨਹੀਂ ਹੁੰਦੀਆਂ
ਤੇ ਆਸਾਂ ਖਤਮ ਵੀ ਨਹੀਂ ਹੁੰਦੀਆਂ। ਆਸਾਂ ਪੂਰੀਆਂ ਕਰਦਾ ਕਰਦਾ ਇੱਕ ਦਿਨ ਆਪ ਵੀ ਪੂਰਾ ਹੋ ਜਾਂਦਾ।